ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੇ ਆਏ ਦਿਨ ਹੀ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਪਰਿਵਾਰ ਕਈ ਵਾਰ ਸਿੰਘਰਾਂ ਦੇ ਨਾਮ ਲੈ ਚੁੱਕਾ ਹੈ ਜਿਹੜੇ 29 ਮਈ ਤੋਂ ਕੁਝ ਦਿਨ ਪਹਿਲਾਂ ਮਾਨਸੇ ਆਏ ਸੀ ਤੇ ਮੀਟਿੰਗ ਕਰਦੇ ਰਹੇ ਸੀ ਤੇ ਦੋਸਤੋ ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹਰ ਦਿਨ ਸਰਕਾਰ ਨੂੰ ਤੇ ਸਮਾਜ ਕੋਲੋਂ ਇੱਕ ਸਵਾਲ ਪੁੱਛਦੇ ਹਨ ਤੇ ਅੱਜ ਉਹਨਾਂ ਨੇ ਆਪਣੇ ਸਵਾਲ ਨੰਬਰ 4 ਵਿੱਚ ਖੁਲਾਸਾ ਕਰਦੇ ਹੋਏ ਲਿਖਿਆ ਕਿ ਸਵਾਲ ਨੰਬਰ 4 ਇੱਕ ਨਾਮੀ ਸਿੰਗਰ ਦਾ 26 ਮਈ ਨੂੰ ਐਸਐਸਪੀ ਮਾਨਸਾ ਨੂੰ ਮਿਲਣਾ ਤੇ ਲਗਾਤਾਰ 29 ਮਈ ਘਟਨਾਵਾਂ ਵਾਲੇ ਦਿਨ ਵੀ ਮਾਨਸਾ ਹੋਣਾ ਤੇ ਉਸ ਸਿੰਗਰ ਦੇ ਦੋਸਤ ਜਿਹੜਾ ਐਸਐਸਪੀ ਨੂੰ ਮਿਲਣ ਸਮੇਂ ਵੀ ਨਾਲ ਹੀ ਸੀ ਉਸ ਵੱਲੋਂ ਇੰਸਟਾਗ੍ਰam ਤੇ ਸਟੇਟਸ ਪਾਉਣਾ ਕਿ ਅੱਜ ਮਾਨਸਾ ਵਿੱਚ ਵੱਡੀ ਹਨੇਰੀ ਆਵੇਗੀ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਸੁਣਿਆ ਤਾਂ ਇਹ ਵੀ ਹੈ ਕਿ ਇਸ ਸਿੰਗਰ ਵੱਲੋਂ ਕੋਰਟ ਦੇ ਨੇੜੇ ਇੱਕ ਮੁਹੱਲੇ ਵਿੱਚ ਕੁਝ ਆਦਮੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ ਇਸਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਨੇ ਕਤਲ ਕਰਨ ਤੋਂ ਬਾਅਦ ਕਾਤਲ ਜਿਹੜੇ ਟਾਵਰ ਕੋਲ ਲੁਕੇ ਸੀ ਉਸ ਬਾਰੇ ਕਹਿੰਦੇ ਹੋਏ ਕਿਹਾ ਕਿ ਕਾਤਲ ਲਗਾਤਾਰ ਉਬਾ ਬੁਰਜ ਰਾਠੀ ਦੀ ਟਾਵਰ ਲੋਕੇਸ਼ਨ ਵਿੱਚ ਰਹੇ ਪਰ ਕੋਈ ਤੱਥ ਸਾਹਮਣੇ ਨਹੀਂ ਆਇਆ। ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਕਿਹੜੇ ਸਿੰਗਰ ਦੀ ਗੱਲ ਹੋ ਰਹੀ ਹੈ? ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਹੋਰ ਅਪਡੇਟ ਲਈ ਸਾਡੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਰਹੋ। ਧੰਨਵਾਦ।